ਸਤਿ ਸ਼੍ਰੀ ਅਕਾਲ, ਮੈਂ ਹੂੰ ਮਹਿਮਾ ਚੌਧਰੀ। ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬ, ਸ਼ਾਨ ਪੰਜਾਬ ਦੀ। ਜੇਕਰ ਤੁਸੀਂ ਵੀ ਲਵ ਮੈਰਿਜ ਕਰਵਾਓਗੇ ਤਾਂ ਮਹਿੰਗਾ ਪੈ ਸਕਦਾ, ਕਿਉਂਕਿ ਪਿਆਰ ਵਿਆਹ ਤੋਂ ਪਹਿਲਾਂ ਹੀ ਦਿਖਾਈ ਦਿੰਦਾ ਹੈ, ਬਾਅਦ ਚ ਨਹੀਂ। ਮੂੰਹ ਤੇ ਚਪੇੜਾਂ ਦੇ ਨਿਸ਼ਾਨ ਦਿਖਾ ਰਹੀ ਇਹ ਉਹ ਬਦਨਸੀਬ ਲੜਕੀ ਹੈ ਜੋ ਪ੍ਰੇਮ ਵਿਆਹ ਕਰਵਾ ਕੇ ਦਿਲ ਚ ਪਿਆਰ ਦੀਆਂ ਸਦਰਾਂ ਬਣ ਕੇ ਆਈ ਸੀ। ਪਰ ਇਸ ਨੂੰ ਕੀ ਪਤਾ ਸੀ ਕਿ ਪਿਆਰ ਦੀਆਂ ਵੱਡੀਆਂ ਵੱਡੀਆਂ ਗੱਲਾਂ ਵਿਆਹ ਤੋਂ ਪਹਿਲਾਂ ਹੀ ਹੁੰਦੀਆਂ ਨੇ, ਬਾਅਦ ਚ ਨਹੀਂ। ਆਓ ਬਾਕੀ ਹੱਦ ਬੀਤੀ ਸੁਣਦੇ ਹਾਂ ਪੀੜਤ ਲੜਕੀ ਤੋਂ। ਅਸੀਂ ਘਰ ਮਤਲਬ ਕਿ ਦੋਵਾਂ ਮੇਰੇ ਅਤੇ ਮੇਰੀ ਸੱਸ ਦੀ ਦੋਵਾਂ ਦੀ ਲੜਾਈ ਹੋਈ, ਕੰਮ ਤੋਂ ਹੀ ਹੁੰਦੀ ਕੰਮ ਤੋਂ ਲੜਾਈ ਹੋਈ ਕਿ ਇਹਨਾਂ ਨੇ ਮੇਰੇ ਕਿੱਦਾਂ ਮੇਰੀ ਬਾਂਹ 'ਤੇ ਸੱਟ ਲੱਗੀ, ਮੈਨੂੰ ਕਹਿੰਦੇ ਕੰਮ ਕਰ, ਮੇਰੇ ਕੋਲ ਕੰਮ ਨਹੀਂ ਹੁੰਦਾ ਵੀ। ਅਤੇ ਇਹਨਾਂ ਸੱਟ ਉਹਨਾਂ ਮੇਰੀ ਬਾਂਹ 'ਤੇ ਵੀ ਲਾਈ, ਮੇਰੇ ਨੀਲ ਵੀ ਪਾਏ ਤੁਹਾਡੇ ਸਾਹਮਣੇ ਆ। ਅਤੇ ਇਹਨਾਂ ਨੇ ਮੈਨੂੰ ਅੱਜ ਫਿਰ ਮੇਰੇ ਨਾਲ ਬੜਾ ਲੜਾਈ ਝਗੜਾ ਕੀਤਾ, ਮੇਰੇ ਨਾਲ ਬਾਹਰ ਆਣ ਕੇ ਲੜਾਈ ਝਗੜਾ ਕੀਤਾ ਵਾ, ਅਤੇ ਮੇਰੇ ਸੱਟਾਂ ਵੀ ਲਾਈਆਂ ਅੱਜ। ਅਤੇ ਅੱਜ ਮੈਂ ਭੱਜ ਕੇ ਆਈ ਆਪਣੇ ਇੱਧਰ ਘਰ ਨੂੰ, ਅਤੇ ਕਿੱਦਾਂ ਮੈਂ ਇੱਧਰ ਨੂੰ ਆਈ, ਮੈਨੂੰ ਲੈਣ ਆਇਆ, ਫਿਰ ਖਿੱਚ ਕੇ ਲੈ ਕੇ ਗਿਆ, ਮੈਨੂੰ ਧੂ ਕੇ ਖੜਦਾ ਸੀ, ਅਤੇ ਨਾਲ ਮੇਰੀ ਚਾਚੀ ਹੋਣਾਂ ਦੇ ਸੱਟਾਂ ਲਾਈਆਂ, ਸਾਰਿਆਂ ਦੇ ਸੱਟਾਂ ਲਾ ਕੇ ਫਿਰ ਕੁੱਟ ਕੇ ਗਿਆ ਸਾਰਿਆਂ ਨੂੰ ਆਣ ਕੇ ਇੱਥੇ। ਕੀ ਮੰਗ ਕਰਦੇ ਜੀ ਪ੍ਰਸ਼ਾਸਨ ਕੋ, ਕਿ ਮਤਲਬ ਕਿ ਇਹਨਾਂ ਕਾਨੂੰਨੀ ਕਾਰਵਾਈ ਹੋਵੇ। ਲੜਕੀ ਦੀ ਚਾਚੀ ਦਾ ਕਹਿਣਾ ਕਿ ਉਸਦੇ ਪਤੀ ਵੱਲੋਂ ਲੜਕੀ ਨੂੰ ਕੁੱਟਿਆ ਜਾ ਰਿਹਾ ਸੀ, ਤੇ ਉਸ ਨੂੰ ਛੁਡਾਉਣ ਲਈ ਉਹ ਅੱਗੇ ਆਈ ਤਾਂ ਉਸਨੇ ਮੇਰੇ ਤੇ ਵੀ ਹਮਲਾ ਕਰ ਦਿੱਤਾ। ਮੈਂ ਗੱਲ ਕੋਈ ਨਹੀਂ ਹੋਈ, ਇਹਨੂੰ ਕੁੱਟਣ ਮਾਰਨ ਦਾ ਇਹ ਤਿੰਨ ਜਾਣੇ ਕੁੱਟਣ ਮਾਰਨ ਡਿਆ ਸੀ, ਅਤੇ ਇਹ ਭੱਜ ਕੇ ਇੱਧਰ ਨੂੰ ਆਈ ਅਤੇ ਇਹਨੂੰ ਲੈਣ ਆ ਗਿਆ ਮੁੜ ਕੇ, ਅਤੇ ਇਹਨੂੰ ਅਸੀਂ ਛਡਾਉਣ ਡਿਆ ਹਾਂ, ਅਤੇ ਛਡਾਉਂਦਿਆਂ ਅਤੇ ਮੈਂ ਮਤਲਬ ਉੱਥੇ ਖਲੋ ਗਈ, ਅਤੇ ਮੇਰੇ ਇਹਨੇ ਨਾ ਛਡਾਉਂਦਿਆਂ ਘਰੋਂ ਫੁੱਟ ਉਹ ਬੈਟ ਜਿਹਾ ਲਿਆ, ਬੈਠ ਕਿੱਥੇ ਆ, ਉਹ ਬੈਟ ਜਿਹਾ ਲਿਆਇਆ, ਅਤੇ ਇਹਨੇ ਮੇਰੇ ਪਹਿਲਾਂ ਬਾਂਹ 'ਤੇ ਮਾਰੀ, ਪਹਿਲਾਂ ਇੱਥੇ ਮਾਰਿਆ, ਮੁੜ ਕੇ ਇੱਥੇ ਮਾਰਿਆ, ਅਤੇ ਮਾਰ ਕੇ ਅਤੇ ਮੁੜ ਕੇ ਅਸੀਂ ਘਰ ਨੂੰ ਭੱਜ ਗਿਆ ਉਹਦੇ। ਕੀ ਮੰਗ ਕਰਦੇ ਜੀ? ਅਸੀਂ ਇੱਥੋਂ ਇਹੋ ਮੰਗ ਕਰਦੇ ਵੀ ਸਾਨੂੰ ਕੜੀ ਤੋਂ ਕੜੀ ਸਜ਼ਾ ਹੋਣੀ ਚਾਹੀਦੀ। ਉੱਧਰ ਪੀੜਤ ਲੜਕੀ ਦੇ ਪਤੀ ਦਾ ਕਹਿਣਾ ਕਿ ਮੈਂ ਆਪਣੀ ਪਤਨੀ ਨੂੰ ਰੱਖਣਾ ਚਾਹੁੰਦਾ, ਪਰ ਉਹਦੇ ਪਰਿਵਾਰ ਵਾਲੇ ਇਸ 'ਚ ਅੜਿੱਕਾ ਪਾ ਰਹੇ ਨੇ, ਨਾਲ ਹੀ ਉਸਨੇ ਆਪਣੀ ਪਤਨੀ ਦੇ ਥੱਪੜ ਮਾਰਨ ਦੀ ਗੱਲ ਵੀ ਕਬੂਲ ਕੀਤੀ ਹੈ। ਮੈਂ ਆਪਣੀ ਵਾਈਫ ਨਾਲ ਕੋਠੇ 'ਤੇ ਗੱਲ ਕਰਦਾ ਪਿਆ ਸੀ ਜੀ, ਆਪਾਂ ਆਪਸ ਵਿੱਚ ਗੱਲ ਕਰਦੇ ਪਏ ਸੀ, ਅਤੇ ਇਹਦੀ ਚਾਚੀ ਸਾਹਮਣੇ ਕੋਠੇ 'ਤੇ ਬੈਠੀ ਸੀ, ਅਤੇ ਉਹ ਕਹਿੰਦੀ ਜਿਹੜੀ ਵੀ ਬਕਵਾਸ ਕਰਨੀ ਆਪਣੀ ਥੱਲੇ ਜਾਇਆ ਕਰੋ, ਇੱਥੇ ਕੁੱਤਰ ਕੋ ਭੌਂਕਣਾ ਕੋਠੇ 'ਤੇ। ਅਤੇ ਮੈਂ ਆਪਣੀ ਸੱਸ ਨੂੰ ਫੋਨ ਕੀਤਾ ਜੀ, ਵੀ ਇੱਦਾਂ ਕਰਕੇ ਮੇਰੇ ਨਾਲ ਬੋਲਦੀ ਪਈ ਆ, ਉਹ ਕਹਿੰਦੀ ਉਹਨੇ ਇੱਦਾਂ ਹੀ ਬੋਲਣਾ ਵਾ। ਅਤੇ ਮੁੜ ਕੇ ਇਹਦੀ ਚਾਚੀ ਆ ਗਈ ਥੱਲੇ, ਅਤੇ ਮੈਂ ਆਪਣੇ ਬਾਈਕ ਕੱਢਣ ਲੱਗਾ ਸਾਹਿਬ, ਆਪਣੇ ਕੰਮ 'ਤੇ ਜਾਣ ਲੱਗਾ ਹਾਂ, ਅਤੇ ਇਹ ਆ ਗਏ ਚਾਚੀ, ਇਹਦੀ ਆ ਗਈ ਹੋਰ 5-6 ਜਣ ਵਾਲੇ ਦੇ, ਹੋਰ 8-9 ਜਣੇ ਆਏ ਸੀ ਮੇਰੀ ਵਾਈਫ ਨੂੰ ਘਰੋਂ ਲੈ ਗਏ, ਸਵੇਰੇ ਸਵੇਰੇ ਆ ਗਏ। ਮੈਂ ਜਦੋਂ ਆਪਣੀ ਵਾਈਫ ਨੂੰ ਘਰੋਂ ਲੈਣ ਗਿਆ ਵਾਂ, ਇਹਨਾਂ ਨੇ ਮੈਨੂੰ ਕੁੱਟ ਮਾਰ ਕੀਤੀ ਆ, ਅਤੇ ਮੇਰੀ ਵਾਈਫ ਨੂੰ ਮੇਰੇ ਨਾਲ ਆਉਣ ਨਹੀਂ ਦਿੱਤਾ ਇਹਨਾਂ ਨੇ। ਉਹ ਉਹਨਾਂ ਦੇ ਉਹ ਜੋ ਉਹਨਾਂ ਦੇ ਨਾਲ ਚੱਲ ਗਈ ਨਾ, ਉਹਨਾਂ ਦੀ ਬੋਲੀ ਬੋਲ ਨਹੀਂ, ਆਪਣੇ 8-5-6 ਪਹਿਲਾਂ 7-8 ਦਿਨ ਪਹਿਲਾਂ ਗੱਲ ਹੋਈ ਸੀ, ਵੈਸੇ ਕੋਈ ਨੈਚੁਰਲ ਗੱਲ ਹੋਈ ਸੀ, ਤਾਂ ਇਸ ਕਰਕੇ ਮੈਂ ਸਿਰਫ ਇੱਕ ਹੀ ਮਾਰੀ ਸੋਚਿਆ। ਹਾਂਜੀ, ਮੈਂ ਲਵ ਮੈਰਿਜ ਕਰਾਈ ਜੀ। ਫੇਸ 'ਤੇ ਨਿਸ਼ਾਨ ਜਿਹੜਾ ਇੱਕ ਪਿਆ ਸਿਰਫ ਲਾਸ਼ ਦਾ, ਚਪੇੜ ਦਾ ਪਿਆ ਸਿਰਫ, ਉਹ ਮੈਂ ਪਾਇਆ ਵਾ, ਬਾਕੀ ਜੋ ਵੀ ਉਹਨਾਂ ਕੀਤਾ ਉਹਨਾਂ ਨੇ ਕੀਤਾ ਨੇ। ਉਹ ਇਹ ਆਪਣੀ ਮਾਤਾ ਨਾਲ ਗੱਲਾਂ ਕਰਦੀ ਪਈ ਸੀ, ਉਹ ਕਹਿੰਦੀ ਮੈਂ ਤੈਨੂੰ ਛੱਡ ਜਾਣਾ ਵਾ, ਆਪਣੀ ਮੰਮੀ ਦੇ ਪਿੱਛੇ ਲੈ ਕੇ ਮੈਂ ਤੈਨੂੰ ਛੱਡ ਜਾਣਾ, ਮੈਂ ਆਪਣੀ ਵਾਈਫ ਨੂੰ ਰੱਖਣਾ ਚਾਹੁੰਦਾ ਵਾ, ਪਰ ਮੇਰੇ ਇਹਦਾ ਪਰਿਵਾਰਕ ਉਹ ਚੀਜ਼ ਦੇ ਖਿਲਾਫ ਹੈਗੀ। ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਪੂਰਾ ਮਾਮਲਾ ਸੁਣਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹਦੀ ਇੱਕ ਲੜਕੀ ਕਾਜ਼ਲ ਆ, ਅਤੇ ਇਹਦੇ ਲੜਕੀ ਨੇ 7-8 ਮਹੀਨੇ ਪਹਿਲਾਂ ਜਿਹੜੀ ਆ ਕਾਜ਼ਲ ਡਾਕਟਰ ਆਫ ਪ੍ਰੇਮ ਸਿੰਘ ਭਰਾੜੀਵਾਲ ਦੇ ਨੇ, ਇਹਨਾਂ ਨੇ ਆਪਸ ਵਿੱਚ ਮੈਰਿਜ ਹੋਰ ਮੈਰਿਜ ਕਰਾਈ ਹੈ 7-8 ਮਹੀਨੇ ਪਹਿਲਾਂ। ਇਹਨਾਂ ਦੇ ਜਿਹੜੀ ਆ ਮਾਤਾ ਪਿਤਾ ਜਿਹੜੀ ਆ ਸ਼ਾਦੀ ਦੇ ਮਤਲਬ ਇਹਨਾਂ ਨੂੰ ਅਸੀਂ ਪਸੰਦ ਨਹੀਂ ਲੜਕੀ ਦੇ ਮਾਤਾ ਪਿਤਾ ਨੂੰ, ਅਤੇ ਇਹ ਲੜਕੀ ਮੁੰਡਾ ਇੱਥੇ ਬਿਲਕੁਲ ਆਮੋ ਸਾਹਮਣੇ ਇਹਨਾਂ ਦਾ ਘਰ ਹੈ ਲਾਗੇ, ਅਤੇ ਇਹਨਾਂ ਦਾ ਅਸ ਜੋ ਝਗੜਾ ਹੋਣ ਬਾਰੇ ਗੱਲ ਸੁਣੀ ਆ, ਅਤੇ ਪੁਲਿਸ ਮੌਕੇ 'ਤੇ ਆਈ ਆ, ਅਤੇ ਉਹ ਜਿਹੜਾ ਜੋ ਵੀ ਹੈਗੀ ਆ ਐਜ਼ ਪਰ ਲਾ ਦੋਵਾਂ ਪਾਰਟੀਆਂ ਸੁਣ ਕੇ, ਅਤੇ ਜੋ ਬੰਦੀ ਕਾਰਵਾਈ ਕੀਤੀ ਨਾ। ਮੁੰਡੇ ਦਾ ਨਾਂ ਅਰਵਿੰਦਰ ਸਿੰਘ ਉਰਫ ਬੰਟੀ ਆ ਜੀ। ਸੱਟਾਂ ਸੁੱਟਾਂ ਲੱਗੀਆਂ ਕੁੜੀ ਨੂੰ, ਜਿਵੇਂ ਉਹ ਕਹਿੰਦਾ ਪਿਆ ਸੀ, ਉਹ ਮੈਨੂੰ ਇਹਦੇ ਧੱਕਾ ਮੁੱਕੀ ਜੀ ਕੀਤੀ ਆ, ਉਸ ਦੌਰਾਨ ਉਹਨੂੰ ਜਿਹੜੀ ਆ ਮਾੜੇ ਮੋਟੇ ਜਿਹੜੀਆਂ ਝੂਠਾਂ ਝੂਠਾਂ ਦੀਆਂ ਹੈਗੀਆਂ ਨੇ, ਜੋ ਉਹਦੇ ਮੁਤਾਬਕ ਹੋਊਗੀ ਕਾਰਵਾਈ ਅਮਲ 'ਚ ਲਿਆਉਂਦੀ ਜਾ ਰਹੀ। ਦੇਖਿਆ ਜਾਵੇ ਤਾਂ ਅਰੇਂਜ ਮੈਰਿਜ ਕਰਵਾ ਕੇ ਗਈਆਂ ਲੜਕੀਆਂ ਨੂੰ ਦਾਜ ਦਹੇਜ ਲਈ ਤੰਗ ਪਰੇਸ਼ਾਨ ਕਰਨ ਦੇ ਮਾਮਲੇ ਅਸੀਂ ਅਕਸਰ ਸੁਣਦੇ ਹੀ ਰਹਿੰਦੇ ਹਾਂ। ਉੱਥੇ ਹੀ ਹੁਣ ਲਵ ਮੈਰਿਜ ਕਰਵਾਉਣ ਵਾਲਿਆਂ ਦਾ ਵੀ ਬੁਰਾ ਹਾਲ ਹੈ। ਲਵ ਮੈਰਿਜ ਕਰਵਾਉਣ ਵਾਲਿਆਂ ਦਾ ਹਮੇਸ਼ਾ ਇਹੀ ਕਹਿਣਾ ਹੁੰਦਾ ਕਿ ਉਹ ਇੱਕ ਦੂਸਰੇ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਤੇ ਉਹਨਾਂ ਦੀ ਜ਼ਿੰਦਗੀ ਬਹੁਤ ਹੀ ਵਧੀਆ ਲੰਘੇਗੀ, ਤੇ ਲਵ ਮੈਰਿਜ ਅਰੇਂਜ ਮੈਰਿਜ ਨਾਲੋਂ ਸਕਸੈਸਫੁਲ ਹੈ। ਇਹ ਮਾਮਲਾ ਦੇਖਣ ਤੋਂ ਬਾਅਦ ਹੁਣ ਲੋਕਾਂ ਦਾ ਲਵ ਮੈਰਿਜ ਤੋਂ ਵੀ ਵਿਸ਼ਵਾਸ ਉੱਠ ਜਾਵੇਗਾ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਰਿਪੋਰਟ।
ਚੈਨਲ ਪੰਜਾਬ। ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ।